ਇੱਕ ਮਿੰਟ ਤੁਹਾਨੂੰ ਦਿੰਨੇ ਆ ਮੈਚ ਸ਼ੁਰੂ ਕਰਾ ਦਿਓ ਪਹਿਲਾਂ ਨਹੀਂ ਜੀ ਪਹਿਲਾਂ ਇਧਰਲਾ ਕੰਮ ਕਰਾ ਲਓ ਮੈਚ ਦਾ ਆਪਾਂ ਫਾਹਾ ਨਹੀਂ ਵੱਢਣਾ ਇਹ ਸਿੰਘ ਹੈ ਓਕੇ ਓਕੇ ਇਹ ਜਦੋਂ ਗੁਰੂ ਦੀ ਬਾਣੀ ਦੇ 1430 ਪੰਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਪ ਕਰਦੇ ਹੈ ਕਿ ਥਾਪਿਆ ਨਾ ਜਾਏ ਔਰ ਗੁਰੂ ਦੀ ਬਾਣੀ ਦੀ ਗੱਲ ਕਰਦੇ ਹੈ ਔਰ ਨਹੀਂ ਰਿਸਾ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਦਾਨ ਨਾਨਕ ਗਾਵਿਆ ਗੁਣੀ ਨਿਦਾਨ ਲਾਲੋ ਸਟੂਡੀਓ ਵਾਲਿਓ ਤੁਹਾਡੇ ਕੈਮਰੇ 'ਚ ਜੈਵ ਸੂੰ ਦਲਵੀਰ ਸੂੰ ਆਉਂਦੇ ਆ ਨਾ ਇਹ ਕਿੰਨੇ ਤਾਂ ਦੇਖ ਲਓ ਮਕੰਦਪੁਰ ਤੋਂ ਆ ਕੇ ਕੈਮਰੇ ਲੈਂਜ ਜਿਹਾ ਹੋਰ ਲੈ ਆਉਂਦੇ ਹੈ ਉੱਧਰ ਦੇਖ ਲਾ ਬਈ ਸਾਡੇ ਬਲਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਘੰਟਾ ਘਰ ਹੀ ਲੱਗਦਾ ਮੈਨੂੰ ਤਾਂ ਸਾਰਾ ਹੈ ਨਹੀਂ ਰਿਸਾ ਚੌੜਾ ਬਾਜ਼ਾਰ ਹੀ ਹੈ ਕਹਿੰਦੇ ਹੁੰਦੇ ਇੱਕ ਪਾਸੇ ਕਲਾਸ ਸਿਨੇਮਾ ਫਿਰ ਦੀਪਕ ਸਿਨੇਮਾ ਫਿਰ ਮਨਰਬਾ ਲਕਸ਼ਮੀ ਰੇਖੀ ਔਰ ਨਹੀਂ ਰਿਸਾ ਬਈ ਨਾਲ ਹੀ ਕਹਿੰਦੇ ਨਲੱਖਾ ਫਿਰ ਜਾ ਕੇ ਪ੍ਰੀਤ ਪੈਲਸ ਮੰਜੂ ਸ਼ਿੰਗਾਰ ਕਿਆ ਬਾਤ ਹੈ ਬਈ ਨਹੀਂ ਰਿਸਾ ਸਾਰੀ ਸਿਨੇਮੇ ਤੁਹਾਨੂੰ ਗਿਣਾ ਦਿੱਤੇ ਹੈ ਲਓ ਇਧਰਲੇ ਪਾਸੇ ਵੇਖਦੇ ਹੈ ਦੀਪਕ ਵਿੱਚ ਜੰਜੀਰ ਫਿਲਮ ਦੇਖੀ ਸੀ ਸਜ਼ਾ ਦੇਖੀ ਸੀ ਕਲਾਸ ਵਿੱਚ ਅਤੇ ਦੁਸ਼ਮਣ ਫਿਲਮ ਦੇਖੀ ਸੀ ਕਹਿੰਦੇ ਹੁੰਦੇ ਪ੍ਰੀਤ ਪੈਲਸ ਲੁਧਿਆਣੇ ਲਓ ਇਧਰਲੇ ਪਾਸੇ ਹੁਣ ਤੁਹਾਨੂੰ ਇਕੱਲੇ ਇਕੱਲੇ ਦੇ ਦਰਸ਼ਨ ਕਰਾਉਣੇ ਹੈ ਇਹ ਕੀ ਆ ਜੀ ਚਿੱਠਾ ਜਿਹੜਾ ਲਓ ਆਪਾਂ ਅਜੈਬ ਸਿੰਘ ਜੀ ਮੰਡੇਰ ਸਾਹਿਬ ਚੰਡੇਰ ਸਾਹਿਬ ਹੱਥ ਖੜਾ ਕਰਿਓ ਵਾਹ ਬੋਲੇ ਸੋ ਨਿਹਾਲ ਸ੍ਰੀ ਅਕਾਲ ਦਲਵੀਰ ਲੁਧਿਆਣਾ ਜੀ ਵਾਹ ਬਈ ਵਾਹ ਸਤਨਾਮ ਦੁਰਾਹੇ ਵਾਲਾ ਨਹੀਂ ਰਿਸਾ ਧਰਮਿੰਦਰ ਦੇ ਕਹਿੰਦੇ ਪਿੰਡ ਦੇ ਨਾਲ ਹੀ ਹੈ ਦੁਰਾਹਾ ਔਰ ਨਾਲ ਹੀ ਕਹਿੰਦੇ ਜਰਨੈਲ ਸਿੰਘ ਜੀ ਦੌਲਤਪੁਰ ਜਰਨੈਲ ਸਿੰਘ ਜੀ ਦੌਲਤਪੁਰ ਆ ਜਾਓ ਵਾਹ ਵਾਹ ਨਹੀਂ ਰਿਸਾ ਬਲਵਿੰਦਰ ਸਿੰਘ ਜੀ ਲੁਧਿਆਣਾ ਅਮਰੀਕ ਸਿੰਘ ਜੀ ਪਾਲਾਂ ਵਾਲੇ ਔਰ ਸੁਖਵਿੰਦਰ ਸਿੰਘ ਜੀ ਸੁਖੀ ਸਾਹਿਬ ਹੱਥ ਖੜਾ ਕਰਿਓ ਜੀ ਲਓ ਸੁਖਜੀਤ ਜੀ ਜਾਗਤਪੁਰ ਸਾਡੇ ਗੁਆਂਢੀ ਨੇ ਸੰਤੋਖ ਸਿੰਘ ਜੀ ਰਾਏਪੁਰ ਵਾਲੇ ਹੱਥ ਖੜਾ ਕਰਨਗੇ ਕੁਲਦੀਪ ਜੀ ਲਾਲੋ ਮਜਾਰਾ ਕਿੱਧਰ ਆ ਜੀ ਕੁਲਦੀਪ ਜੀ ਨਾ ਪਾਠੀ ਸਿੰਘ ਵੀ ਗੈਰ ਹਾਜ਼ਰ ਹੋ ਜਾਂਦੇ ਹੈ ਰੌਲ ਦੂਜੇ ਨੂੰ ਕਹਿ ਦਿੰਦੇ ਵੀ ਮੈਂ ਜਾਣਾ ਨਿਆਣਿਆਂ ਨੂੰ ਲੈ ਕੇ ਨਾਨਕਿਆਂ ਨੂੰ ਆ ਮੇਰਾ ਟਾਈਮ ਸਾਰ ਦਿਓ ਇਹ ਵੱਡੀ ਔਖੀ ਗੱਲ ਹੈ ਦੋ ਰੌਲਾ ਲਾਉਣੀਆਂ ਤੁਹਾਡੇ ਵਿੱਚੋਂ ਦੋ ਲਗਾਤਾਰ ਰੌਲਾ ਕਿਹੜਾ ਪਾਠੀ ਸਿੰਘ ਨੇ ਲਾ ਲੈਂਦੇ ਆ ਦੱਸੋ ਹੱਥ ਖੜਾ ਕਰਿਓ ਜੀ ਦੋ ਰੌਲਾ ਇਕੱਠੀਆਂ ਜਿਹੜੀਆਂ ਕਹਿੰਦੇ ਵੀ ਨਹੀਂ ਗੱਲ ਜਿਹੜੀ ਅਸੂਲ ਦੀ ਹੈ ਰੌਲ ਦਾ ਟਾਈਮ ਬਦਲਣਾ ਹੀ ਪੈਂਦਾ ਲਓ ਇਧਰਲੇ ਪਾਸੇ ਹਾਂਜੀ ਉੱਧਰ ਕੀ ਆ ਜੀ ਵਾਹ ਜੀ ਵਾਹ ਨਹੀਂ ਰਿਸਾ ਬਈ ਸਵਾਦ ਆ ਗਿਆ ਪ੍ਰੋਫੈਸਰ ਸਾਹਿਬ ਚੰਦੂ ਮਾਜਰਾ ਸਾਹਿਬ ਤੁਸੀਂ ਬੜੇ ਉੱਚਿਤ ਸਮੇਂ ਤੇ ਆਏ ਜਦੋਂ ਪਾਠੀ ਸਿੰਘ ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ ਔਰ ਵੈਰੀ ਚੜ ਕੇ ਆ ਗਿਆ ਤੁਸੀਂ ਜਾ ਲਲਕਾਰੋ ਇਹ ਗੁਰੂ ਦੀ ਲਾਡਲੀ ਫੌਜ ਦੇ ਸਿੰਘ ਨਾਲ ਹੀ ਵੇਖਦੇ ਵੀ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਮੇਰੀ ਵੀ ਇੱਛਾ ਸੀ ਵੀ ਉਦੋਂ ਜੇ ਆ ਜਾਣਾ ਨਾ ਸਰ ਸਵਾਦ ਹੀ ਆ ਜਾਊਗਾ ਨਾਲ ਡਾਕਟਰ ਸੁਖਵਿੰਦਰ ਕੁਮਾਰ ਜੀ ਸੁਖੀ ਸਾਹਿਬ MLA ਸਾਹਿਬ ਨਾਲ ਹੀ ਕਹਿੰਦੇ ਹੁੰਦੇ ਆ ਬੜੇ ਹੱਥ ਜੋੜੀ ਨਿਮਰਤਾ ਦਾ ਪ੍ਰਤੀਕ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਾਹਿਬੋ ਸਿੰਘ ਜੀ ਨਹੀਂ ਰਿਸਾ ਨਾਲ ਹੀ ਬਲਾਕੀਪੁਰ ਵਾਲੇ ਸਾਡੇ ਵੀਰ ਸਾਡੇ ਬਹੁਤ ਹੀ ਸਤਿਕਾਰਯੋਗ ਸੋਹਣ ਲਾਲ ਜੀ ਢੰਡਾ ਜੀ ਇੱਧਰ ਮਨਦੀਪ ਸਿੰਘ ਹੁਣ ਬੱਲੇ ਬੱਲੇ ਹੋਣੀ ਆ ਹੁਣ ਥਕੇਵੇਂ ਲੈਣੇ ਆ ਜਿਹੜੇ ਕਹਿੰਦੇ ਹੁੰਦੇ 15-20 ਦਿਨ ਹੋ ਗਏ ਨੇ ਟੂਰਨਾਮੈਂਟ ਦੁਆਲੇ ਲੱਗਿਆ ਨਾ ਉੱਧਰ ਪ੍ਰੋਫੈਸਰ ਸਾਹਿਬ ਆ ਗਏ ਆ ਸੇਵਾ ਸੂ ਜੀ ਨਾਗਰਾ ਖੁਸ਼ ਹੈ ਹਰਵਿੰਦਰ ਸਿੰਘ ਜੀ ਗਿਆਨੀ ਕਹਿੰਦੇ ਅਗਲੇ ਸਾਲ 75,000 ਦਾ ਨਾਮ ਮੈਂ ਦੇ ਦੂੰ ਸੇਵਾ ਸੂ ਕਹਿੰਦੇ 25,000 ਮੇਰੇ ਵੱਲੋਂ ਯੋਗਦਾਨ ਪਾ ਦਿਓ ਸੁੱਖਾ ਕਹਿੰਦਾ ਬੈਸ ਰੇਡਰ ਬੈਸ ਸਟੋਪਰ ਦਾ ਹੋਰ ਵੀ ਨਾਮ ਵਧਾਉਣਾ ਹੋਵੇ ਉਹ ਵੀ ਆਪਾਂ ਜਿਹੜਾ ਫੱਟੇ ਚੱਕ ਦਿਆਂਗੇ ਲਓ ਇੱਧਰ ਸਾਡੇ ਬਲਵੀਰ ਸਿੰਘ ਜੀ ਥਾਂਦੀ ਸਾਹਿਬ ਪ੍ਰਧਾਨ ਸਾਹਿਬ ਇੱਕ ਸਾਂਝੀ ਤਸਵੀਰ ਹੋਣੀ ਹੈ ਕਿ ਸਿੰਘ ਸਾਰਿਆਂ ਦੇ ਸਾਂਝੇ ਹੀ ਹੈ ਸਾਰੀ ਦੁਨੀਆ ਦੇ ਉੱਪਰ ਗੁਰੂ ਦਾ ਲੰਗਰ ਸਾਂਝਾ ਹੈ ਗੁਰੂ ਦੀ ਬਾਣੀ ਸਾਂਝੀ ਹੈ ਇਹ ਸਤਿਕਾਰ ਸਾਂਝਾ ਪੰਜਾਬ ਸਾਂਝਾ ਆਓ ਇੱਕ ਯਾਦਗਾਰੀ ਫੋਟੋ ਹੋਊਗੀ ਲਓ ਜੀ ਆ ਜਾਓ ਥਾਂਦੀ ਸਾਹਿਬ ਇੱਕ ਯਾਦਗਾਰੀ ਫੋਟੋ ਹੋਣੀ ਹੈ ਬਲਾਕੀਪੁਰ ਸਾਹਿਬ ਪ੍ਰੋਫੈਸਰ ਸਾਹਿਬ ਉਹਨਾਂ ਦੇ ਨਾਲ ਹੀ ਆ ਜਾਓ ਸਤਰਾਮ ਸਿੰਘ ਜੀ ਹੇੜੀਆਂ ਸਾਹਿਬ ਸਤਰਾਮ ਸਿੰਘ ਜੀ ਥਾਂਦੀ ਸਤਰਾਮ ਸਿੰਘ ਜੀ ਭਲਵਾਨ ਮਜਾਰੇ ਵਾਲੇ ਲੈ ਵੀ ਮਨਦੀਪ ਸਿੰਘ ਸਾਰੇ ਹੀ ਸਤਨਾਮ ਸਿੰਘ ਆ ਗਏ ਹੈ ਇਹ ਸਤਨਾਮ ਸਿੰਘ ਨੇ ਪਰ ਆਪਾਂ ਗੁਰੂ ਦੀ ਬਾਣੀ ਦਾ ਜਾਪ ਕਰਨਾ ਆਪਾਂ ਸਤਨਾਮ ਕਹਿਣਾ ਹੈ ਸਤਨਾਮ ਵਾਹਿਗੁਰੂ ਆ ਗਏ ਪਾਠੀ ਮਜਾਰੇ ਵਾਲੇ ਮੁੱਖ ਸਤਨਾਮ ਬੋਲ ਬੰਦੇ ਹੈ ਪਾਲ ਜੱਜ ਜੀ ਕਹੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲਓ ਇੱਕ ਯਾਦਗਾਰੀ ਫੋਟੋ ਹੈ ਬੜਾ ਦਿਲਚਸਪ ਮੈਚ ਹੈ ਮਜ਼ਾਰਾ ਰਾਜਾ ਸਾਹਿਬ ਦੀ ਧਰਤੀ 'ਤੇ ਉੱਧਰੇ ਪਾਸੇ ਮੈਂ ਵੇਖਦਾ ਵੀ ਕਟਾਰੀਆ ਸਾਹਿਬ ਵੀ ਫੋਟੋ ਖਿੱਚ ਰਹੇ ਹੈ ਸਾਰੇ ਮੇਰੇ ਵੀਰ ਬੜੇ ਖੁਸ਼ ਨੇ ਸੇਵਾ ਸਿੰਘ ਜੀ ਤੁਸੀਂ ਵੀ ਥੋੜ੍ਹਾ ਜਿਹਾ ਕੇ ਇਹਨੂੰ ਸਰਪੰਚ ਸਾਹਿਬ ਦੇ ਨਾਲ ਆ ਜਾਓ ਲਓ ਹੁਣ ਮੈਚ ਬੜਾ ਦਿਲਚਸਪ ਹੋਣਾ ਹੈ ਔਰ ਵੇਖਦੇ ਇੱਧਰਲੇ ਪਾਸੇ ਵੀ ਕੌਣ ਕਿਹੜਾ ਕਿੰਨੀਆਂ ਕਬੱਡੀਆਂ ਪਾਉਂਦਾ ਹੈ ਲਓ ਇੱਧਰੇ ਪਾਸੇ ਲਓ ਸਾਡੇ ਮਜਾਰੀ ਸਾਹਿਬ ਵੀ ਰਾਜ ਮਜਾਰੀ ਜੀ ਆ ਗਏ ਹੈ ਔਰ ਮੈਚ ਬੜਾ ਦਿਲਚਸਪ ਹੋਣਾ ਕੁਲਦੀਪ ਸਿੰਘ ਜੀ ਤੁਸੀਂ ਵੀ ਆਪਣੇ ਪੇਜ ਦੀ ਤਿਆਰੀ ਕਰ ਲਓ ਇਹ ਫੋਟੋ ਜਿਹੜੀ ਹੈ ਨਾ ਜੂਮ 'ਚ ਲੈਣੀ ਹੈ ਲਓ ਇੱਧਰੇ ਪਾਸੇ ਥਾਂਦੀ ਸਾਹਿਬ ਰਾਣਾ ਸਿੱਧੂ ਜੀ ਕਹਿੰਦੇ ਆ ਲੱਖ ਦਾ ਨਾਮ ਹੋਣਾ ਹੈ ਔਰ ਰਾਣਾ ਜੀ ਅੱਜ ਵੀ ਹੋਣਾ ਨਾ ਪਾਠੀ ਸਿੰਘਾਂ ਦਾ ਮੈਚ ਬੜਾ ਦਿਲਚਸਪ ਹੋਣਾ ਕੀ ਕਹਿਣਾ ਚਾਹੋਗੇ ਇਹ ਟੀਮ ਨੂੰ ਕਿਤੇ ਆਪਾਂ ਅਮਰੀਕਾ ਵੀ ਬੁਲਾਈਏ ਨਾ ਫਿਰ ਗੱਲ ਬਣੂਗੀ ਸ਼ਾਰਪ ਟਰਾਂਸਪੋਰਟ ਦੇ ਨਾਂ 'ਤੇ ਬੁਲਾ ਲੈਂਦੇ ਹੈ ਔਰ ਫਿਰ ਉੱਥੇ ਜਦੋਂ ਮੈਚ ਹੋਇਆ ਨਾ ਬਸ ਵੀ ਕਹਿੰਦੇ ਹੁੰਦੇ ਹੈ
डालर तो एक पास बटुए इन्हों के उपर निशावर करे भी सिंह आ गए है सिंह आ गए है सिंह इज किंग लो दोनों पास खिडारी अपने अपनी बेंदबंदी बनाते हुए राणा जी दो बोल सांझे करनगे। सत श्री अकाल जी सारे नूं मैं खास तौर पर धन्यवाद करदा मक्खण सिंह जी क्योंकि असी खास यूएसए दे विच दोनों भरा हमेशा कमेंट्री करते रहने हैं और मैदान दे विच भी और स्टेज दे विच भी अज भरा दे नाल खड़न का बड़ा मौका मिले है। मैं धन्यवाद करदा उस अकाल पुरख का सच्चे पातशाह का कि अज इस धरती के उत्ते इस मुजारे की जरखेज मिट्टी के उपर बहुत वधिया टूरनामेंट हो रहे हैं और कल जिस तरह तुसी देखिया कि लड़कियां का बहुत वधिया टूरनामेंट होया दिलचस्प जो मैच होए ने बड़ा दिल पसीदिया गया इस करके लाख रुपये का जो इनाम आ अगली बार ऐलाना गया मेरे वालों खास करके क्योंकि बड़ा इंप्रेस होए हैं इस करके बहुत वधिया मैच लगे ने हुण असी जो कि साढ़े पाठी सिंह ग्रंथी सिंह का जो मैच बड़ा ही दिलचस्प मैच होगा ये बारे गल करे साढ़े मक्खण सिंह जी हकीमपुर जी बहुत बहुत धन्यवाद राणा जी। जरनैल सिंह जी पहला पॉइंट लैके आ गए है ते ए बड़ी बई कहंदे हुंदे मस जी चाले जा रहे हैं सिंह नहीं रीसा है ओ वाह नहीं रीसा सिंह नूं सिंह टक्कर गया है हुण दिने तारे दिसणगे हुण पग्गां दी कोई गल नहीं लड़ाई दे मैदान दे विच ते कहंदे हुंदे है आराम से है ओ राम से सिर ते पटका बन ला सिंह पता नहीं कसूते हो गए तो की गल बन जाऊ आ तू ही बन ला सिर ते आ नहीं रीसा कोई गल नहीं नहीं की है माण है सिखी साड़ी माण है सिखी साड़ी शान है। जरनैल सिंह जी ये कौन ने सिंह जी ये कहते पता लगेगा जो बगाने पुत की हिक में जाके बजे ने वाह बई वाह सभा सिर कहते प्रसाद छक जाते जवानी वेले नहीं रीसा उधर ही पासे वेखते बी नहीं रीसा ओ वाह गबरुआ नहीं रीसा मैनू लगता हुण की होगा हुण तो कहने नानक गावीए गुणी निधान गुरु की बाणी की गल होगी थापिया ना जाए की धन होए आपे आप निरंजन सोए सिंह साहब का नाम की अजैब सिंह जी है जी सुखदेव सिंह जी है ये सुखदेव जी खालसा जी देखो सामने सुखदेव सिंह जी गए कबड्डी पौन करो गल सुखदेव सिंह जी की दस्तार सजाई हुई है घर भी सिंह गल लवा माइक की कर ला गौर अगली कबड्डी फिर सिंह सरदार की पाठिया की लाओ लाओ भी ताड़िया पहला भी आ पाठी सिंह ने जफा लाया से हुण फिर वखरी जी गल अगली कबड्डी फिर लो उधर पासे भाई सिंह थोड़ा थोड़ा कहते होंगे वैसे तो सिंह जेडे आपस में थोड़े समय बाद आप ही खिंड पुड़ जाते होंगे लाड़ी पेंदे है पर आप ओ नहीं रिश्ता बई वाह बई वाह ये दौलतपुरी आ कहते नहीं मोहन सिंह जी चलिया तलेते वाले जिथे का गेला कबड्डी खेलता रहा है मोहन सिंह कहता भी रब्बा हुण रख विखाई लो इधर पासे भाई नहीं रिसा स्वाद आ जाऊगा दर्शक खुश ने बार सामने वक्त पाता बलविंदर सिंह जी लुधियाने नाल मुकाबला हो मैनू पता लग गया ओ मोर सिया पिछे हट जा ओ आ किधर ए मेरिया रब्बा हस्पताल वाले पासे नू पहले ही जाई जांदे है सिंह ओ मेरिया रब्बा हो आए बई बई दिल मेरा घाऊ माऊ जहा करी जाता है कहते उही गल आवे तो हड्डी वाला डॉक्टर तो है ही नहीं गा मजारे बाकी डॉक्टर तो बहुत है 200 रुपया राणा जी इस सिंह वास्ते है सिंह जी का नाम दस्यो जी मैनू ये कहता हूँ तो मैं जफ्फे तो जफ्फा लाऊ गफ्फे तो गफ्फा मिलूगा जफ्फे तो जफ्फा लाऊ आ फड़ लो जी लो उधर पासे जरनैल सिंह चल गया वो जरनैल सिंह बेलण वर्गे पट जेड़े है कल ही रखे हुए फड़ाने लिए रखे हुए है नहीं रीसा कोई गल नहीं कोई गल नहीं आप जाना हंध्या बिच ही है नहीं तो लल स्टूडियो में दारा बढ़ गया सीन हो जाना है और घोड़ा छाल मार गया कहते भी फिल्म स्टार जिहड़ा है लो उधर पासे आया वो धरती हिलन लग पई है ये ना समझो भी भूचाल आ गया पूनी साहब है वो सा बी ए बल्ले होया मत्था कि ला लिया वो तेनू हुण पता लगू ये सरदार जरनैल सिंह नहीं रिसा हरि सिंह नलुए का बारस है ओ जैब सिंह जैब सिंह बड़ी छेती ज्यादा मिलने वाली वो राम सिंह वो जैबसू ने अजे अजे तो जैबसू मगन लगा अजे तो गड्डी कुलथम आई है फुहाड़े तो बाद देखो चेहड़ू तक कि जाऊगी बई नहीं रिसा बई जैबसू ने ता चल बी ठीक है ये सिंह का नाम की है जी आधार कार्ड वाला ही दस्यो मैनू तो होर ना कहने की नाम है जी ये जरनैल सिंह है ये सिंह जेड़ा कहने होंगे शेर है उधरले पासे दलवीर सिंह बई अजे टच नहीं होया
ਆਓ ਹਾਂ ਦੌਲਤਪੁਰੀਆ ਤੂੰ ਹੀ ਕੁਛ ਕਰ ਲੈ ਬਈ ਆਹ ਤੇ ਸਿੰਘ ਜਿਹੜਾ ਪੂਰਾ ਦੇਖ ਦੇਖ ਕੇ ਚੱਲਦਾ ਹੈ ਔਰ ਆਲਾ ਸਾਰਾ ਹੀ ਆਸਾ ਪਾਸਾ ਵਿਚਾਰ ਕੇ ਸਿੰਘ ਨੇ ਪੜ ਲਿਆ ਹੈ ਅਗਲੀ ਕਬੱਡੀ ਦੱਸਿਓ ਜੀ ਆਪਣੇ ਨਾਂ ਕੀ ਹੈ ਮੋਹਨ ਸਿੰਘ ਜੀ ਤੁਸੀਂ ਦੱਸੋਗੇ ਕਿ ਜੈਬਸੂ ਦੱਸੂਗਾ ਇਹ ਸਿੰਘ ਦਾ ਨਾਂ ਕੀ ਹੈ ਸਤਨਾਮ ਸਿੰਘ ਜੀ ਹੈ ਸਤਨਾਮ ਸਿੰਘ ਜੀ ਥਾਂਦੀ ਸਾਹਿਬ ਸਤਨਾਮ ਸਿੰਘ ਜੀ ਹੇੜੀਆਂ ਸਾਹਿਬ ਸਤਨਾਮ ਸਿੰਘ ਜੀ ਕਾਲਾ ਭਲਵਾਨ ਜੀ ਟੱਚ ਹੋ ਫਾਇਓ ਮੇਰਿਆ ਰੱਬਾ ਉਹ ਜਿੱਦਣ ਕੜਮਾਈ ਹੋਊਗੀ ਉੱਦਣ ਵੀ ਕਹਿੰਦੇ ਡਿੱਗਦਾ ਫਿਰਦਾ ਸੀਗਾ ਸਾਰਾ ਹੀ ਪਿੰਡ ਕਹਿੰਦੇ ਗੱਲ ਕੀ ਹੋ ਗਈ ਲੰਬੜਾਂ ਦੇ ਮੁੰਡੇ ਨੂੰ ਕਹਿੰਦੇ ਮੁੰਡੇ ਦੀ ਕੜਮਾਈ ਹੋਈ ਹੈ ਫਿਰ ਵਿਆਹ ਨੂੰ ਤਾਂ ਕਹਿੰਦੇ ਉੱਠ ਬਸ ਵੇਨੇ ਨਹੀਂ ਸਹਿ ਚਲੋ ਇੱਧਰਲੇ ਪਾਸੇ ਸਿੰਘ ਚੱਲਿਆ ਬਈ ਸਿੰਘ ਸਾਹਿਬ ਇਹਦਾ ਨਾਂ ਕੀ ਹੈ ਜੀ ਇਹਦਾ ਨਾਂ ਤੇ ਆਪਾਂ ਨੂੰ ਵੀ ਨਹੀਂ ਪਤਾ ਹੈ ਤੇ ਮੈਨੂੰ ਵੀ ਨਹੀਂ ਪਤਾ ਇਹਨਾਂ ਨੂੰ ਵੀ ਨਹੀਂ ਪਤਾ ਹੈ ਇਹ ਤੇ ਹੁਣ ਆਪਾਂ ਡਾਕਟਰ ਸੁਖਵਿੰਦਰ ਕੁਮਾਰ ਜੀ ਸੁਖੀ ਉਹਨਾਂ ਨੂੰ ਪੁੱਛਦੇ ਹਾਂ MLA ਨੇ ਉਹਨਾਂ ਨੂੰ ਤਾਂ ਹਰ ਖਬਰ ਹਲਕੇ ਦੀ ਹੈ ਲਓ ਇੱਧਰਲੇ ਪਾਸੇ ਵੇਖੋ ਸਾਹਮਣੇ ਬਈ ਆਹ ਸਿੰਘ ਬੜਾ ਕਸੂਤਾ ਮੈਨੂੰ ਲੱਗਦਾ ਹੈ ਜੈਬ ਸਿੰਘ ਜੈਬ ਸਿੰਘ ਕਿਹੜਾ ਇਹ ਕਾਕੇ ਦਾ ਪਿੰਡ ਹੈ ਇਹ ਹਾਂਜੀ ਇਹ ਸੰਤੋਖ ਸਿੰਘ ਰਾਏਪੁਰ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਸਿੰਘ ਸਾਹਿਬ ਕੋਈ ਗੱਲੇ ਨਹੀਂ ਇਹ ਤੇ ਦਿਲਚਸਪ ਹੈ ਇਹ ਸ਼ਾਨ ਹੈ ਸਾਡੀ ਇਹ ਪਹਿਲਾ ਮਜ਼ਾਰਾ ਰਾਜਾ ਸਾਹਿਬ ਦਾ ਸਥਾਨ ਹੈ ਜਿੱਥੇ ਪਾਠੀ ਸਿੰਘ 200 ਰੁਪਈਆ ਸਾਡੇ ਰੈਪਰ ਵਾਸਤੇ ਰਾਣਾ ਸਿੱਧੂ ਜੀ ਰਾਣਾ ਸਿੱਧੂ ਜੀ ਜਦੋਂ ਜੈਬਸੂ ਨੇ ਕਬੱਡੀ ਪਾਈ ਆ 500 ਲਾਉਣਾ ਆਪਾਂ 500 ਲਾਉਣਾ ਜੈਬਸੂ ਦੀ ਕਬੱਡੀ ਤੇ ਜੈਬਸਿਆ ਲੰਬੇ ਲੰਬੇ ਸਾਹ ਭਰ ਲਾ ਉਹ ਨਹੀਂ ਰਿਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਸਤਾਰ ਮੈਂ ਲੈ ਕੇ ਆਉਣਾ ਉਹ ਲੁਧਿਆਣੀਆ ਵਾਹ ਬਈ ਵਾਹ ਉਹ ਤੇਰੀ ਕੈਂਚੀ ਵੀ ਮਾਰਦਾ ਉਹ ਕਾ ਹੱਥ ਕਿਹਨੂੰ ਪਾਇਆ ਹੋਇਆ ਓਏ ਹੱਥ ਕੱਛੇ ਨੂੰ ਨਾ ਭਾਈ ਬਣਾਉਣ ਦੀ ਕੋਈ ਗੱਲ ਨਹੀਂ ਕੋਈ ਬਈ ਸਵਾਦ ਆ ਗਿਆ ਪ੍ਰੋਫੈਸਰ ਸਾਹਿਬ ਇਹ ਸਾਡੇ ਸਿੰਘ ਨੇ ਇਹ ਪਹਿਲਾ ਸਥਾਨ ਹੈ ਜਿੱਥੇ ਸਾਡੇ ਸਿੰਘ ਜਿਹੜੇ ਹੈ ਰਣ ਗਗਨ ਮਾਮਾ ਵੱਜਿਆ ਸਿੰਘੋ ਸਰਦਾਰੋ ਔਰ ਵੈਰੀ ਚੜ ਕੇ ਆ ਗਿਆ ਤੁਸੀਂ ਜਾਲਲ ਕਰੋ ਜਦੋਂ ਮਾਰਸ਼ਲ ਆਰਟ ਦੇ ਨਾਲ ਇਕੱਲਾ ਇਕੱਲਾ ਸਿੰਘ ਜਿਹੜਾ ਹੈ ਸਾਰਾ ਗੜੀ ਦੀ ਲੜਾਈ ਦੀ ਗੱਲ ਕੇਸਰੀ ਵਿੱਚ ਬਿਆਨ ਹੋਈ ਹੈ ਹਾਂਜੀ ਦੂਜੀ ਟੀਮਾਂ ਵੀ ਆ ਜਾਓ ਜੀ ਇਹ ਆਪਾਂ ਨੱਠ ਕੇ ਜਾਣਾ ਜੀ ਕਹਿੰਦੇ ਸ਼ਰਤ ਆ ਸਾਡੀ ਕਮੇਟੀ ਦੀ ਕਹਿੰਦੇ ਨੱਠੀਏ ਤਾਂ ਕੀ ਇਹਦੇਲੇ ਪਾਸੇ ਤੇ ਕਹਿੰਦੇ ਸੀ ਕਿ ਸਾਹਮਣੇ ਦਲਵੀਰ ਸੂ ਖੜਾ ਹੈ ਉਹ ਦੌਲਤ ਕੈਮਰੇ ਵਾਲਿਆ ਬਚ ਗਏ ਆ ਜਾ ਬਈ ਨੌਜਵਾਨਾ ਹੋ ਮਾਂ ਛਾਤੀ ਵਿੱਚ ਦਫਾ ਲੱਗ ਜੂ ਪਤਾ ਕੰਨਾ ਮੁੰਡ ਓਏ ਮੇਰਿਆ ਰੱਬਾ ਜੇ ਆ ਪੈਰ ਮੇਰਾ ਨਾ ਉਖੜਦਾ ਨਾ ਹੈ ਫਿਰ ਮੈਨੂੰ ਦਿਨੇ ਤਾਰੇ ਦਿਖਾੜ ਦਿੰਦਾ ਹੈ ਕੋਈ ਗੱਲ ਨਹੀਂ ਅਜੇ ਤਾਰੇ ਚੜ੍ਹਨ ਵਿੱਚ ਥੋੜ੍ਹਾ ਟਾਈਮ ਆਪਾਂ ਪਹਿਲਾਂ ਦਿਖਾ ਲਈ ਦੇਣੇ ਅਜੇ ਟਾਈਮ ਹੈਗਾ ਡਾਕਟਰ ਸਾਹਿਬ ਸੁਖੀ ਜੀ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨੇ ਅੱਜ ਪ੍ਰੋਫੈਸਰ ਸਾਹਿਬ ਜੀ ਸਾਡੇ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਮੈਂਬਰ ਪਾਰਲੀਮੈਂਟ ਸਾਡੇ ਵਿਚਕਾਰ ਪੁੱਜੇ ਹੋਏ ਹੈ ਮੋਹਨ ਸਿੰਘ ਧਲੇਤੇ ਵਾਲਾ ਓ ਮੋਹਨ ਸਿੰਘ ਓ ਮੋਹਨ ਸਿੰਘ ਪਿੱਛਾ ਦੇਖ ਸਾਹਮਣੇ ਕਹਿੰਦਾ ਕੋਈ ਗੱਲ ਨਹੀਂ ਜਦੋਂ ਆ ਜਾਈਦਾ ਫਿਰ ਡਿਊਟੀ ਇਜ਼ ਡਿਊਟੀ ਫਿਰ ਨਹੀਂ ਦੇਖੀਦਾ ਨਿਆਣੇ ਕਿੱਥੇ ਨਾਨਕੀ ਘੁੰਮਦੇ ਹੈ ਕਿੱਥੇ ਘੁੰਮਦੇ ਹੈ ਲਓ ਇਧਰੇ ਪਾਸੇ ਹੈਜੀ ਹਾਂਜੀ ਲਓ ਇਧਰੇ ਪਾਸੇ ਦੇਖਦਾ ਵੀ ਸਾਹਮਣੇ ਆਪਣੇ ਜੈਬ ਸਿੰਘ ਜੀ ਤੁਹਾਡੀ ਕਬੱਡੀ 500 ਦੀ ਪੈਣੀ ਹੈ ਤਿਆਰੀ ਕਰ ਲਓ ਚਾਹੇ ਉੱਧਰ ਗਿਆ 500 ਚਾਹੇ ਉੱਧਰ ਕਹਿੰਦੇ ਹੁੰਦੇ ਆ ਬਈ 5 ਮਿੰਟ ਦਾ ਸਮਾਂ ਹੋਰ ਹੈ ਆ ਸਿੰਘ ਦੇਖੋ ਸਾਹਮਣੇ ਬਈ ਭਾਈ ਵਿਜੇਤਰ ਸਿੰਘ ਦੇ ਵਾਰਸ ਸਾਹਮਣੇ ਮੈਦਾਨ ਦੇ ਵਿੱਚ ਹੈ ਉਹ ਸਿੰਘਾ ਕਰਦੇ ਕਮਾਲ ਆਹ ਸਾਹਮਣੇ ਬੜੇ ਭਾਈ ਨੂੰ ਬਾਹਰ ਪਿਊਮਾ ਦਾ ਪਾਇਆ ਬਨੈਣ ਦੇਖੋ ਦੇ ਵਾਹ ਬਈ ਵਾਹ ਰੈਪਰ ਵੀਰੀਆ ਕਹਿੰਦਾ ਬਈ ਮੈਂ ਪਹਿਲਾਂ ਵੀ ਜੱਫਾ ਲਿਆ ਹੁਣ ਵੀ ਜੱਫਾ ਲਾਉਂ ਆਪਣੇ ਰੈਪਰ ਸਾਹਿਬ ਕਿੰਨੇ ਜੱਫੇ ਸੋਚ ਕੇ ਆਏ ਸੀਗੇ ਕਹਿੰਦੇ 5 ਕਿਦਾ ਸੋਚ ਕੇ ਆਇਆ ਸੀ ਜੇ ਸਮਾਂ ਮਿਲ ਗਿਆ ਆ ਜੈਬ ਸਿੰਘ ਲਓ ਬਈ 500 ਦੀ ਕਬੱਡੀ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ 500 ਦਾ ਨੋਟ ਪਹਿਲਾਂ ਕਹਿੰਦੇ ਹਲਕਾ ਜਿਹਾ ਹਰਾ ਪੀਲਾ ਜਿਹਾ ਹੁਣ ਕਹਿੰਦੇ ਹੁੰਦੇ ਹੈ ਵਾਹ ਆ ਜਾ ਕੋਈ ਗੱਲ ਨਹੀਂ ਇੱਧਰ ਦੀ ਹੋ ਜਾ ਇੱਧਰ ਦੀ ਫਟਾਫਟ 500 ਭੱਜਾ ਹੀ ਆਉਂਦਾ ਪਿੱਛੇ ਲਓ ਜੀ 500 ਆਇਆ 500 ਰੁਪਈਆ ਸਾਡੇ ਰਾਣੋ ਸਿੱਧੂ ਜੀ ਉੱਧਰ ਮਨਦੀਪ ਸਿੰਘ ਜੀ USA ਪੂਰੇ ਖੁਸ਼ ਨੇ ਮਨਦੀਪ ਸਿੰਘ ਜੀ ਕਿੱਧਰ ਬੈਠੇ ਹੈ ਮਨਦੀਪ ਸਿੰਘ ਕਿੱਦਾਂ ਥਕੇਵੇਂ ਲਾਉਂਦਾ ਨਾ ਮੈਚ ਇਹ ਮੈਚ ਆਪਾਂ ਸਦਾ ਹੀ ਚੱਲੂ ਸਦਾ ਇੱਥੇ ਗੁਰੂ ਦੀ ਬਾਣੀ ਦਾ ਜਾਪ ਹੋਣਾ ਹੈ ਸਦਾ ਹੀ ਸਿੰਘਾਂ ਨੇ ਗੁਰੂ ਦੀ ਬਾਣੀ ਪੜ੍ਹਨੀ ਹੈ ਸਦਾ ਹੀ ਕਬੱਡੀ ਕੱਪ ਚੱਲੇ ਸਾਡੀਆਂ ਅਰਦਾਸਾਂ ਨੇ ਆਹ ਵੇਖਦੇ ਵੀ ਸਾਹਮਣੇ ਉਹ ਕਿੱਧਰਲੇ ਪਾਸੇ ਵਾਹ ਬਈ ਵਾਹ ਕਿੱਦਾਂ ਕਹਿੰਦੇ ਨਾਲੇ ਬਾਬਾ ਲੱਸੀ ਪੀ ਗਿਆ ਨਾਲੇ ਦੇ ਗਿਆ ਦਵਾਨੀ ਖੋਟੀ ਨਾਲੇ ਬਾਬਾ ਲੱਸੀ ਪੀ ਗਿਆ ਨਾਲੇ ਦੇ ਗਿਆ ਦਵਾਨੀ ਖੋਟੀ ਇਹ ਸਿੰਘ ਦਾ ਨਾਮ ਮੋਹਨ ਸਿੰਘ ਕੀ ਆ ਜੈਲ ਸਿੰਘ ਦੱਸੀ ਬਈ ਮੈਨੂੰ ਹਾਂਜੀ ਸੰਜੀਵ ਸਿੰਘ ਸੁਖਜੀਤ ਸਿੰਘ ਆ ਭਿੱਖੀ ਪਿੰਡ ਵਾਲੇ ਹੈ ਇਹ ਮੈਨੂੰ ਲੱਗਦਾ ਬਈ ਸੁਖਜੀਤ ਸਿੰਘ ਭਿੱਖੀ ਪਿੰਡ ਮੀਆਂ ਪਿੰਡ ਚਾਟੀ ਪਿੰਡ ਇਹ ਆਕਸਰ ਇਲਾਕੇ ਦੇ ਨਾਂ ਹੈ ਮੋਰਲੇ ਸਿੰਘ ਹੱਸੀ ਜਾਂਦੇ ਪਤਾ ਨਹੀਂ ਗੱਲ ਵਿਚਲੀ ਕੀ ਹੈ ਹੈ ਨਹੀਂ ਰਿਸਾ ਲਾਊਗੂ ਟੱਚ ਇਹ ਕਾਬਲ ਕੰਧਾਰ ਤੱਕ ਕਹਿੰਦੇ ਭੱਜਣ ਲੱਗੇ ਸਾਹ 2 ਹੀ ਲੈਂਦਾ ਹੈ ਐਡਾ ਲੰਬਾ ਸਾਹ ਮੁੰਡੇ ਦਾ ਬਈ ਸਵਾ ਸੇਵਾ ਸਿੰਘ ਜੀ ਨਾਗਰਾ ਖੁਸ਼ ਨੇ ਓਏ ਐਸੇ ਗੱਲ ਹੀ ਅਟਕਿਆ ਸੀਗਾ ਨਹੀਂ ਰਿਸਾ ਇਹ ਤੁਜੀ ਬੋਲ ਗਿਆ
एक दो बस 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 इतें ही बस करो जगमोहन कौर कहती होंगी इतें ही डक्का ला दो बस करो जी बस करो लो तेरे पास सिंह चलिया कबड्डी पौन बई मुंडा बड़ा तेज है इस वे कबड्डी पै चुकी है अगलिया टीम भी तेलू राम जी तैयार कर लो चैचल सिंह जी तगड़े हो जाओ बिसल बजन वाली है राणे सिद्धू वेख भी सामने रौनक लगिया हुई मैदान उधर दौलतपुर तैयार है दलविंदर सिंह जी है बई जे पॉइंट लेवे जैब सो कहता 500 जे रेडर ने पॉइंट लिया मैं 500 दूंगा जे जाफी फिर नहीं गल कर दे मैं लगता भी पॉइंट के चांस है ही घट है जैसो जैसे 500 का थोड़े को रह गया 500 आप ला नहीं हिसाब ना किया भी जे मुंडा पॉइंट लै गया तो ही देवे लगली कबड्डी राम से दो दो कबड्डियां बाकी है जी इशारा हो गया जैसे एक कबड्डी होर पा ला कोई नहीं सेहत ठीक है एक कबड्डी राणे होर पवा दीए 500 की पवा दीए कहते 500 की एक कबड्डी होर पेगी जी लो दो दो कबड्डियां एक कबड्डी पै गई है तीन कबड्डियां रह गई ने मौन सो धलेते वाला है कहता मैनू तो हूँ बड़ा पिंड भुलिया पै रुड़का खुरद फलपोता सब कहते गढ़ी महा सिंह चीमे लल्लिया टड़वाड़ा सब कहते भुले पे तो बजारा राजा साहब के इस वे चार सूरमे नज़र आते हैं हो सकता सुपने भी आवगे मैंने लगता है रात न सुपने भी आने कहते सुपने बेती महाराज जी अपार कृपा रहे लो मोहन सिंह जी बड़े खुश मिजाज ने आ हूँ कबड्डी राणे 200 रुपया कट ला भी राणे 200 रुपया होगा जेड़ा सिंह देख लो उस वे डोले फरकाने लग पैर थोड़ी एक कबड्डी रही है 500 की कबड्डी पानी है हूँ झड़ेरा वाले उधर पे रैपुरी है लो 500 की कबड्डी पैन लगी है जैवसों तैयार है उधर बलविंदर सिंह कहता अगे दे 500 का नोट जेड़ा प्यार सत्कार का लै गया राम सिंह एक्शन भी इदा ही करना है एक्शन भी जरूरी है लो जैव सिंह वेखो सामने हूँ आओ कि माई दल शिवालक दहाड़ियां ना हा मथा आ सारा ए, ए, ओ जैब सिंह आ की हो गया भाई कोई गल नहीं फिक्र नहीं करना 500 वह नहीं मोड़ना पर जो होर आ रहा मगर लो आखिरी कबड्डी है तो नाल ही मैच की अगली टीम बिल्कुल तैयार ने तेलू राम जी घूमन साहब तैयार हो जाओ बड़ा दिलचस्प मैच अगला खेडिया जाना है लो इस मैच की आखिरी कबड्डी कैमरामैन तैयार है कैमरे के आ गया एक्शन प्रेम सिंह जी चंदू माजरा साहब रिस्पैक्टेड बहुत ही खुश ने हूँ बई दलवीर सिंह सिंह हसदा ओ बावे हूँ आया नजारा लो बोले सो निहाल सो श्रीकाल अजैब सिंह जी एक जकारा छड़ दो इस मैच के नाते वाहेगुरु जी का खालसा हैलो बोले सो निहाल जज देसी बाजार वाले पूरे खुश माइक ते अगली गल सतराम पहलवान जी साढ़े बहुत ही सत्कार योग पंजाबियों के दिलों की धड़कन मैंबर ऑफ पार्लीमेंट प्रोफेसर प्रेम सिंह जी चंदू माजरा साहब और साडे बहुत ही सत्कारयोग विधानसभा हलका बंगा दी जिंद जान सुभा सुभा दे मालक गरीबां दे हमदर्द हर एक दी छोटे बड़े दी गल सुनने वाले डॉक्टर सुखविंदर कुमार जी सुखी MLA उन्होंने नाल साढ़े बहुत ही सत्कारयोग सरदार बोल सिंह जी बलाकीपुर जिला प्रधान और साढ़े बहुत ही अजीज साढ़े बड़े वीर सोहन लाल जी टंडा साहब SC विंग प्रधान साहब साढ़े बहुत ही सत्कारयोग सरदार जरनैल सिंह जी करतारपुर मैंबर SCPC उन्हां रब वर्गियां शख्सियतां दा इत्थे पहुंचण ते ग्राम पंचायत मजारा नौवाद मजारा राजा साहब रसोखाना प्रबंधक कमेटी मजारा राजा साहब और श्री नाभ कमल राजा साहब चैरिटेबल हस्पताल मजारा राजा साहब वालों प्रोफेसर प्रेम सिंह चंदू माजरा जी नूं पिंड मजारा नौवाद मजारा राजा साहब विखे पहुंचण ते दिल दीआं गहराइआं दे विचों उन्हां दा धन्नवाद करदे आं जी और साडे बहुत ही सत्कारयोग
सरदार सुखविंदर सिंह जी सुखी MLA, मैं हुण उन्होंने बेनती करा कि सिर्फ दो मिनट वास्ते अपने विचार मैं बड़ी ही निम्रता सहित बेनती करा प्रोफेसर प्रेम सिंह जी चंदूमाजरा साहब मैंबर ऑफ पार्लीमेंट सिर्फ दो मिनट वास्ते अपने विचार रखेंगे प्रोफेसर प्रेम सिंह जी चंदूमाजरा साहब सत्कार जो इस हलके के विधायक डॉक्टर सुखविंदर कुमार सुखी जी और अकाली दल के जिला प्रधान बलाकीपुर साहब सोहन सिंह टंडा जी इलाके दे समूह दर्शक वीरो खिडारी वीरो और मजारा राजा साहब दे समूह प्रबंधक वीरो रैफरी साहबान साढ़े बहुत परम मित्र अनाउंसर संधु साहब साहब मक्खण सिंह जी और मनदीप जी अमनदीप जी सतनाम जी बहादुर जी सरपंच गुरदयाल सिंह जी ओंकार सिंह प्रधान सारे नूं फतेह बुलाउणा वाहिगुरु जी का खालसा वाहिगुरु जी की फतेह। अज भावें 8 तरीक नूं बंगे जो अनाज मंडी दे विच अनाज मंडी बंगा जो 8 तरीक अकाली दल BJP की रैली हो रही है मैं तो उस संबंध में हलका बंगा दे डॉक्टर सुखविंदर कुमार सुखी जी नाल पिंडा विच रौन ला रहा सी पर मजारा राजा साहब की संगत इतों के प्रबंधक 12 सालों तो लगातार टूरनामेंट करा रही प्रबंधक कमेटी मनदीप जी होनी होर सारे सज्जना की बेनती ते अज जदों टूरनामेंट विच पहुंचे मैं 40 सालों तो टूरनामेंटा में जाना 40 सालों तो खिडारियों नूं इनाम दे के खेडा देखते हैं पर जिन्ना नजारा अज आ पाठी सिंघा की कबड्डी की गेम का आया इन्ना मेरा ख्याल कदे नहीं आया। मैं कहा भी कल्ले पाठ ही नहीं करते कल्ले गुरु की बाणी का जाप ही नहीं करते नाल कबड्डी कबड्डी भी कहते ने। मैं तो कहा से भी वाहगुरु करके जे कबड्डी पाई जाते मेरा ख्याल कोई भी नहीं सी फड़िया जाना। बड़ा दिलचस्प खेड इलाके भर के खिडारी आए ने और मैं समझदा ये पंजाबियों की मां खेड कबड्डी जेडे पिंड जड़िया संस्थावां प्रफुल्लित कर दिया ने वह बधाई दिया पात्र ने तो मैं इस खेड मेले में जेतू खिडारियों बधाई दिना प्रबंधकों का धन्यवाद करदा खास तौर पर साढ़े अनाउंसर साहब ने इस खेड मेले नूं जिन्ना दिलचस्प बनाया होया शायद खिडारी खेड के उन्ना दिलचस्प ना बनाया जिन्ना अनाउंसर उन्हूं होर वधिया टंच दे के दिलचस्प बनाउंदे ने। सो मैं उन्हां दा भी धन्नवाद एक बार फिर जेतू खिडारियों नूं बधाई दे के खिमा चाहुंदा वाहिगुरु जी का खालसा वाहिगुरु जी की फतह। बहुत बहुत धन्यवाद मैंबर ऑफ पार्लीमेंट प्रोफेसर प्रेम सिंह जी चंदूमाजरा साहब जी का जिन्होंने ये दसिया भी है कि शायद योजे 40 सालों के मैं कि भी योजे जो मैच होंगे ने मैं नहीं वेखे और बहुत बहुत प्रोफेसर जी का धन्यवाद MLA डॉक्टर सुखविंदर कुमार जी सुखी जी का बहुत बहुत धन्यवाद समुची अकाली दल लीडरशिप का धन्यवाद। हुण मैं बेनती करा कि जो मान सम्मान ने वो असी तरदीप बार कर दईए
मैं बड़ी निम्रता सहित बेनती करा साढ़े बहुत ही सत्कारयोग एम एल ए डॉक्टर सुखविंदर कुमार जी सुखी और मेरे बड़े वीर मनदीप सिंह जी प्रोफेसर प्रेम सिंह चंदू माज राजा साहब जी का पहला मान सम्मान करनगे। अगले जर उन्हों तो बाद सरदार बुद्ध सिंह जी बलाकीपुर साहब प्रधान जिला प्रधान बुद्ध सिंह जी बलाकीपुर साहब और जरनैल सिंह जी करतारपुर साहब मैंबर एस जी पी सी और ते बड़ा पिंड सरदार सुखविंदर सिंह जी सुखी एम एल ए बंगा साड़ी बंगा दे जिंद जान हर दिल अजीज सरदार सुखविंदर सिंह जी सुखी एम एल ए बंगा और सोहन लाल जी टंडा प्रधान एस सी विंग उन्हों का भी मान सम्मान और ते बड़ा पिंड। अगले मैच दीआं टीमां और बड़ा पिंड जल्दी दे नाल खेड दे मैदान दे राणा संधू साढ़े बेनती आ एम एल ए साहब सिर्फ दो लव और ते बड़ा पिंड अगले मैच दीआं टीमां और ते बड़ा पिंड टेंट वाला मुंडा जिहड़ा फोटोग्राफर वीर नूं मिले टेंट वाला मुंडा कोई भी एक स्टेज दे सामने अगला मैच और ते बड़ा पिंड उस तो अगे छेवां मैच पूनिया न्यूजीलैंड ते लालो मजारा उस तो अगे सत्तवां मैच वाई एफ सी रोड़का ते फुलपोथा ये सारियां टीमां तैयार बर तैयार रहन और ते बड़ा पिंड जल्दी नाल खेड मैदान दे वल नूं आउण और ते बड़ा पिंड पतारा दे खिडारी वालों शानदार जफा लाया जा रहा है पतारा दे अगली कबड्डी पतारा दे इस नौजवान खिडारी वालों होगी सामने चार खिडारी ने हल्का जिहा टच ते फैसला जिहड़ा ए जिहड़ा अंक यूएसए क्लब संघ टेसियां दे हिस्से जुड़दा होया अगली कबड्डी फिर यूएसए संघ टेसियां दे इस नौजवान खिडारी वालों पाई गई है सामने चार खिडारी ने पतारा पिंड दे जिथों दे पिनी ने तकड़ी कबड्डी खेडी है ते फिर उसे सिख सरदार नाल हाथ जोड़ियां होईयां ने ते अंक जिहड़ा यूएसए क्लब संघ टेसियां दे टीम दे हिस्से जुड़दा होया अगली कबड्डी फिर भरमे जुस्से दे खिडारी सिख सरदार खिडारी दी होवेगी हल्के हल्के कदम जिहड़े संघ टेसियां दे विड़े वल नूं वधाए ने ते वाह जदोजहद होंदी होई एक एक पॉइंट दे लई जदोजहद होंदी होई ते समा जिहड़ा बीतदा जा रहा है गुट फड़िया कैंची लाउण दी कोशिश है अंक जिहड़ा आखरी पलां दे विच कहिंदे सिख सरदार ने पतारा दे हिस्से जोड़ दित्ता पतारा दे मैच लगभग बराबरी ते चलदा होया एक जां दो जफ्फियां दा फर्क फिर डबल टच दा जिहड़ा पॉइंट हेलो भाई टेंट वाला मेरा वीर जे कोई इत्थे होवे तां आवाज सुणदा तां स्टेज ते आवे भाई टेंट वाला शानदार जफा जिहड़ा संघ टेसियां दे खिडारी वल्लों लाया गया अगली कबड्डी फिर इस नौजवान खिडारी दी होवेगी संघ टेसियां दी टीम वल्लों फिर सिख सरदार नौजवान दे नाल हाथ जोड़ियां होईयां ने
पर जिहड़ा अंक रेडर दा रेडर दे हिस्से अंक जुड़दा होया अगलियां टीमां और ते बड़ा पिंड और ते बड़ा पिंड अगले मैच दे लई दोने टीमां जिहड़ियां खेड दे मैदान दे वल आ जाण तां जो समय दे अनुसार सारे मुकाबले करवाए जा सकण और ते बड़ा पिंड सामने फिर हाथ जोड़ियां होईयां ने जदोजहद हर पॉइंट दे लई करदे हन ਇਹ ਖਿਡਾਰੀ ਤੇ ਅੰਕ ਜਿਹੜਾ ਇਸ ਸਮੇਂ ਫਿਰ ਸੰਘ ਢੇਸੀਆਂ ਦੀ ਟੀਮ ਦੇ ਹਿੱਸੇ ਇਸ ਚੱਲਦੇ ਮੁਕਾਬਲੇ ਦੇ ਵਿੱਚੋਂ ਯੂਐਸਏ ਕਲੱਬ ਸੰਘ ਢੇਸੀਆਂ ਦੀ ਟੀਮ ਜਿਹੜੀ ਜੇਤੂ ਰਹੀ ਆ ਪਤਾਰਾ ਦੇ ਅੰਕ 9 ਤੇ ਸੰਘ ਢੇਸੀਆਂ ਦੇ ਜਿਹੜੇ ਅੰਕ ਉਹ 14 16 ਅੰਕ ਜੀ ਅਗਲੀਆਂ ਟੀਮਾਂ ਜਲਦੀ ਦੇ ਨਾਲ ਖੇਡ ਦੇ ਮੈਦਾਨ ਦੇ ਵੱਲ ਆਉਣ ਔੜ ਤੇ ਬੜਾ ਪਿੰਡ और ते बड़ा पिंड पाजी जे टीम आउंदी आ तां ठीक आ नहीं तां अगली नूं बुलाओ आपां कोल टाइम बहुत घट आ आखरी कॉल आ जिहड़ी टीम नूं बड़ा पिंड ते और अगली टीम पुनिया न्यूजीलैंड ते लालो मजारा उस तों अगे वाई एफ सी रोड़का ते फलपोता ए छे दियां छे टीमां जल्दी दे नाल ग्राउंड दे वल नूं आ जाण और ते बड़ा पिंड लई आखरी जिहड़ी एक मिनट की कॉल आ और ते बड़ा पिंड क्योंकि ग्राउंड खाली आ दर्शक दूरों दूरों ताड़ा मैच देखने लई पहुंचे ने सो खिडारी वीरां नूं बेनती है बई जल्दी दे नाल खेड दे मैदान दे वल आ जो हलो मैं बेनती करा अपने पाठी सिंह वीरां नूं बई आ जिहड़ा मैच शो मैच हो के हटिया वह अपना प्राइज प्राप्त करन सरदार मनदीप सिंह पासों हाँ जी बड़े पिंड तो हरप्रीत सिंह ढेसी कबड्डी खेड प्रमोटर उर्फ बिट्टू उन्हें बेनती है भी उस स्टेज पर साडा वीर आवे उहदा विशेष सन्मान किया जाएगा मलजिंदर गहल मजारी दे नाल बड़ा प्यार है हरमन साडा भरा लेला वाला वह भी स्टेज के उपर आ जाए सन्मान जिहड़ा किया जाएगा उस वीर का भी हरमन लेला वाला भी स्टेज के उत्ते आ जाए तो हरप्रीत ਬਿੱਟੂ ਮੇਰਾ ਵੀਰ ਉਸ ਸਟੇਜ ਤੇ ਪੁੱਜੇ ਹਾਂਜੀ ਬਲਿਆਰ ਭਾਈ ਥੱਲੇ ਆ ਜਾਓ ਇੱਧਰ ਸੋਤਰ ਸਾਹਿਬ ਮੈਂ ਆਪਣੇ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਾਂ ਵੀ ਆ ਜਿਹੜਾ ਸ਼ੋਅ ਮੈਚ ਹੋਇਆ ਸੀਗਾ ਪਾਠੀ ਸਿੰਘ ਵੀਰਾਂ ਦਾ ਇਹਨਾਂ ਦਾ ਸਨਮਾਨ ਕੀਤਾ ਜਾਊਗਾ ਆਹ ਫੜੋ ਭਾਜੀ ਬਈ ਸਾਡੇ ਪਾਲ ਸਿੰਘ ਜੱਜ ਵੱਲੋਂ ਆ ਜਿਹੜਾ ਵਿਸ਼ੇਸ਼ ਮੈਚ ਹੋਇਆ ਸੀਗਾ ਸਪੈਸ਼ਲ ਮੈਚ ਸੀਗਾ ਇਹ ਪਾਠੀ ਸਿੰਘਾਂ ਦਾ ਉਹਨਾਂ ਵੱਲੋਂ 2000 ਰੁਪਈਆ ਦਿੱਤਾ ਜਾਂਦਾ ਬਈ ਪਾਲ ਸਿੰਘ ਜੱਜ ਵੱਲੋਂ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਾਲ ਸਿੰਘ ਜੱਜ ਇਸ ਗਰਾਊਂਡ ਦੇ ਵਿੱਚ ਗੱਗੂ ਬੜੇ ਪਿੰਡੀਆ ਪੁੱਜਿਆ ਜਿਹਦਾ ਸਮਰਾੜੀ ਦੀ ਧਰਤੀ ਤੇ 1 ਤਰੀਕ ਨੂੰ ਜਿਹੜਾ ਵੱਡਾ ਮਾਨ ਸਨਮਾਨ ਹੋਣਾ ਨਾਲ ਗੱਗੂ ਟੜਵਾਲ ਜਿਹਦਾ ਬੁਲਟ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੋਇਆ ਬੜੇ ਪਿੰਡ ਦੀ ਧਰਤੀ ਤੇ ਬਹੁਤ ਤਕੜਾ ਜਿਹੜਾ ਮੁਕਾਬਲਾ ਦੇਖਣ ਨੂੰ ਮਿਲੇਗਾ ਦੋਨਾਂ ਟੀਮਾਂ ਦੇ ਵਿਚਕਾਰ ਔੜ ਤੇ ਬੜੇ ਪਿੰਡ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਹੈ ਦੋਨੇ ਟੀਮਾਂ ਦੇ ਵਿੱਚ ਤਕੜੇ ਖਿਡਾਰੀ ਖੇਡਦੇ ਨੇ ਜਿਹੜੇ ਕਲੱਬਾਂ ਦੇ ਵਿੱਚ ਖੇਡਦੇ ਨੇ ਹਾਂਜੀ ਔੜ ਦੀ ਟੀਮ ਦੇ ਖਿਡਾਰੀ ਜਲਦੀ ਦੇ ਨਾਲ ਜੋ ਹੈ ਖੇਡ ਮੈਦਾਨ ਦੇ ਵਿੱਚ ਆ ਜਾਣ ਔੜ ਦੀ ਟੀਮ ਦੇ ਖਿਡਾਰੀ ਸਾਡੇ ਪਿੰਡ ਦੇ ਭਰਾ ਦਾ ਧੰਨਵਾਦ ਹੈ ਡਾਕਟਰ और मैं देखता भी नाल साडा जूके वाला भी पिंदा उस वीर का भी विशेष तौर पर धन्यवाद करते हैं और हर साल इंग्लैंड की धरती तो इन खेड लिए पुजता बहुत बहुत धन्यवाद साडे भरा दा पाल जा जी उन्होंने विशेष तौर पर धन्यवाद है पाठिया की जेतू टीम को भी 2000 रुपया पुजता किया है भाई मैं पहला भी अनाउंस कर चुका टेंट वाला बिना वीर जे कि आवाज सुनता वे जल्दी तो जल्दी साढ़े पास पहुंचे टेंट वाला कोई भी बंदा इत्थे होवे उन्हां दा स्टेज ते